ਅਮਰੀਕ ਸਿੰਘ ਹਾਂਜੀ ਉਮਰ 36 ਅਮਨਦੀਪ ਕੌਰ ਜਗੀਰ ਕੌਰ ਜਗੀਰ ਕੌਰ ਜਗਰਾ ਨਾਲ ਹਾਕਾ ਜੀ ਕੁਲਵੰਤ ਸਿੰਘ ਕੌਣ ਹੈ ਕੁਲਵੰਤ ਸਿੰਘ ਕੁਲਵੰਤ ਸਿੰਘ ਬਾਪ ਦਾ ਕੀ ਨਾਮ ਹੈ ਉਮਰ ਕਿੰਨੀ ਜੀ ਦਰਸ਼ਨ ਸਿੰਘ ਆਪਦਾ ਕੀ ਨਾਂ ਜੀ ਕਿਹੜਾ ਪਿੰਡ ਜੀ ਦਰਸ਼ਨ ਸਿੰਘ ਸਾਨੂੰ ਜਸਬੀਰ ਕੌਰ ਨਾ ਫਿਰ ਹੋਇਆ ਸਾਡੇ ਕੋਲ ਕੁੰਦੂ ਵੀ ਕੁੰਦੂ ਕੁੰਦਨ ਸਿੰਘ ਕੁੰਦੂ ਆਇਆ ਹੋਇਆ ਕਿੱਥੇ ਭਾਜੀ ਆ ਕੁੰਦਨ ਸਿੰਘ ਉਹ ਬੈਠੇ ਉਹ ਬੈਠੇ ਹੋ ਨਾ ਜਸਬੀਰ ਕੌਰ ਵਾਸਤੇ ਅਸੀਂ ਆਈ ਡੋਨੇਸ਼ਨ ਕੈਂਪ ਵੀ ਲਗਾਉਂਦੇ ਹਾਂ ਔਰ ਇਹ ਜਿਹੜਾ ਮਤਲਬ ਕੈਂਪ ਹੈਗਾ ਜਿਹੜਾ ਕਹਿ ਲਓ ਕੈਨੇਡੀਅਨ ਆਈ ਸਾਈਟ ਗਲੋਬਲ ਵੱਲੋਂ ਮਤਲਬ ਲਗਾਇਆ ਜਾ ਰਿਹਾ ਹੈ ਉਹਨਾਂ ਦੀ ਮਿਹਨਤ ਹਿੰਮਤ ਨਾਲ ਉਹ ਇਸ 'ਤੇ ਬਹੁਤ ਖਰਚਾ ਕਰ ਰਹੇ ਹੈ ਉਹਦੇ ਨਾਲ ਇਹ ਹੈ ਕਿ ਜਿਨ੍ਹਾਂ ਦੇ ਕੋਈ ਅੱਖਾਂ ਕਮਜ਼ੋਰ ਹੈ ਜਾਂ ਉਹਨਾਂ ਨੂੰ ਫਰੀ ਓਪਰੇਸ਼ਨ ਕੀਤੇ ਜਾਂਦੇ ਇਲਾਜ ਕੀਤਾ ਜਾਂਦਾ ਔਰ ਉਹਨਾਂ ਦੀ
ਖੁਸ਼ੀ ਸਰਦਾ ਅਸੀਂ ਇੱਕ ਇੱਥੇ ਪਾਲਾਪੁਰ ਵੀ ਕਹਿ ਲਓ ਹੋਸਪਿਟਲ ਆਈ ਹੋਸਪਿਟਲ ਫਰੀ ਹੋਸਪਿਟਲ ਖੁੱਲ੍ਹਿਆ ਹੋਇਆ ਫਰੀ ਓਪਰੇਸ਼ਨ ਕੀਤੇ ਜਾਂਦੇ ਅੰਮ੍ਰਿਤਸਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਗ੍ਹਾ ਇੰਤਜ਼ਾਮ ਕਰਕੇ ਜਗ੍ਹਾ ਦਿਆਂਗੇ ਅਤੇ ਉੱਥੇ ਵੀ ਹੋਸਪਿਟਲ ਖੁੱਲ੍ਹਿਆ ਖੁੱਲ੍ਹੇਗਾ ਜਿੱਥੇ ਅੱਖਾਂ ਦੇ ਫਰੀ ਓਪਰੇਸ਼ਨ ਕੀਤੇ ਜਾਣਗੇ ਔਰ ਲੋਕਾਂ ਨੂੰ ਰੋਸ਼ਨੀ ਵੰਡੀ ਜਾਏਗੀ ਜਾਨ ਜਾਨ ਹੈ ਤਾਂ ਜਹਾਨ ਹੈ ਉਹਦੇ ਨਾਲ ਵੀ ਕਹਿ ਲਓ ਅੱਖਾਂ ਹੈ ਤਾਂ ਦੇਖਣ ਨੂੰ ਸਾਰਾ ਜਹਾਨ ਹੈ ਅੱਜ ਦਾ ਕੈਂਪ ਜਿਹੜਾ ਹੈ ਸਾਡੇ ਜਲੰਧਰ ਨੌਰਥ ਈਸਟ ਨੌਰਥ ਈਸਟ ਅਤੇ ਅੰਮ੍ਰਿਤਸਰ ਸਾਊਥ ਈਸਟ ਨਾਲ ਰਲ ਕੇ ਅੰਦਰ ਗੁਰੂ ਗ੍ਰੰਥ ਸਾਹਿਬ ਗੁਰੂ ਲੁਧਿਆਣਾ ਤੋਂ ਆਏ ਹੈ ਇਹਨਾਂ 'ਤੇ ਬੜੀ ਹਿੰਮਤ ਹੈ ਜੀ ਜਿਹੜੇ ਇਹ ਆ ਕੇ ਨਾਲ ਸਾਰਾ ਕਰ ਰਹੇ ਹੈ ਫਿਰ ਇੱਥੇ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਭਵਨ ਗੋਇੰਦਵਾਲ ਵਿਖੇ ਹੋ ਰਿਹਾ ਅਤੇ ਇਹਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ ਉਹਦੇ ਗੁਰੂ ਗ੍ਰੰਥ ਸਾਹਿਬ ਅਲੰਕ ਭੇਟ ਕੀਤੇ ਜਾਂਦੇ ਆ ਇਹਨਾਂ ਦੀ ਬਹੁਤ ਸੇਵਾ ਜੀ ਪੰਥ ਵਾਸਤੇ ਬਹੁਤ ਸੇਵਾ ਕਰ ਰਹੇ ਹੈ ਅਤੇ ਇਹਦੇ ਵਿੱਚ ਕਹਿ ਲਓ ਜੁੱਬਲ ਸਾਹਿਬ ਦਾ ਅਨੂਪ ਸਿੰਘ ਦੁੱਬਲ ਉਹਨਾਂ ਦਾ ਵੀ ਸੁਣਿਆ ਹੋਇਆ ਉਹਨਾਂ ਦਾ ਸੰਦੇਸ਼ ਆਇਆ ਉਹ ਬਹੁਤ ਕਹਿ ਲਓ ਲਗਨ ਨਾਲ ਜ਼ੋਰ ਨਾਲ ਕੰਮ ਕਰ ਰਹੇ ਸਾਡੀ ਆਰ ਆਈ ਕਨਵੈਨਸ਼ਨ ਜੋ ਕਿ ਅਮੈਰੀਕਾ ਵਿਖੇ ਹੋ ਰਹੀ ਹੈ ਉੱਥੇ ਵੀ ਪਹੁੰਚੇ ਆ ਉਹ ਸਾਡਾ ਜਿਹੜਾ ਡਿਸਟ੍ਰਿਕਟ ਹੈ 3070 ਰੋਡੀ ਡਿਸਟ੍ਰਿਕਟ ਹੈ ਬੜਾ ਵੱਡਾ ਡਿਸਟ੍ਰਿਕਟ ਹੈ ਪੰਜਾਬ ਹਿਮਾਚਲ J&K ਸਾਰਾ ਇਹਦੇ ਵਿੱਚ ਹੀ ਆਉਂਦਾ ਔਰ ਉਹਨਾਂ ਨੇ ਇਹਨਾਂ ਨੂੰ ਬਹੁਤ ਕਹਿ ਲਓ ਮਤਲਬ ਇਹੋ ਜਿਹੀ ਮਤਲਬ ਰਿਕੁਐਸਟ ਕੀਤੀ ਹੈ ਕਿ ਸਾਡੇ ਨਾਲ ਸਾਥ ਦਿਓ ਰਲ ਕੇ ਚੱਲੋ ਔਰ ਉਹ ਪੈਸੇ ਵੱਲੋਂ ਕੋਈ ਕਮੀ ਨਹੀਂ ਰਹਿਣਗੇ ਔਰ ਲੋਕਾਂ ਨੂੰ ਅੱਖਾਂ ਬਿਲਕੁਲ ਠੀਕ ਕਰਨ ਦਾ ਯਤਨ ਕਰਾਂਗੇ ਔਰ ਬੜੇ ਓਪਰੇਸ਼ਨ ਕੀਤੇ ਜਾ ਰਹੇ ਹੈ ਸਾਡੇ ਵਕੀਲ ਸਾਹਿਬ ਇਹ ਵੀ ਤਰਨ ਤਾਰਨ ਤੋਂ ਆਏ ਹੈ ਅਤੇ ਅਮਰਜੀਤ ਸਿੰਘ ਅਮਰ ਲਹਿਰੀ ਲਹਿਰੀ ਸਾਹਿਬ ਦੁੱਬਲ ਆਏ ਅਤੇ ਲਹਿਰੀ ਸਾਹਿਬ ਆਏ ਹੈ ਇਹਨਾਂ ਦੀ ਵੀ ਬੜੀ ਅੰਤਕ ਸੇਵਾ ਹੈਗੀ ਹੈ ਔਰ ਇਹ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਹਰ ਜਗ੍ਹਾ 'ਤੇ ਮਿਹਨਤ ਕਰਕੇ ਨਾਲ ਸਾਥ ਦੇ ਰਹੇ ਹੈ ਅਤੇ ਪਰਮਾਤਮਾ ਇਹਨਾਂ ਨੂੰ ਹੋਰ ਬੜੀ ਹਿੰਮਤ ਬਖਸ਼ੇ ਔਰ ਇਹ ਚੱਲਦਾ ਰਹੇ ਅਤੇ ਇਹ ਕੈਂਪ ਚੱਲਦੇ ਰਹਿਣਗੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹਾਂਗੇ ਅਤੇ ਹੁਣ ਮੈਂ ਬੇਨਤੀ ਕਰਾਂਗਾ ਸਰ ਪੰਜਾਬ ਸਿੰਘ ਇਹਦੇ ਬਾਰੇ ਜਿਹੜੇ ਆਪਰੇਸ਼ਨ ਹੁੰਦੇ ਆ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਦਿੰਦੇ ਪਰਚੀ ਤੋਂ ਲੱਗ ਕੇ ਆਪਰੇਸ਼ਨ ਹੋਣ ਤੋਂ ਬਾਅਦ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਇੱਕ ਵਾਹਦ ਦੁਨੀਆ ਦੀ ਸੰਸਥਾ ਵਾ ਜਿਹੜੀ ਬਿਲਕੁਲ ਕੋਈ ਪੈਸਾ ਨਹੀਂ ਦਿੰਦੀ ਤੁਹਾਡੇ ਇੱਥੇ ਬਹੁਤ ਕੈਂਪ ਲੱਗਦੇ ਰਹੇ ਹੋਣਗੇ ਉਹਨਾਂ ਦੇ ਵਿੱਚ ਜਾਂ ਪਰਚੀ ਦੇ 5-10 ਰੁਪਏ ਹੁੰਦੇ ਆ ਜਾਂ ਜਦੋਂ ਕੋਈ ਪ੍ਰਾਈਵੇਟ ਹੋਸਪਿਟਲ ਵਾਲੇ ਆਪਣੇ ਆਣ ਕੇ ਕੈਂਪ ਲਾਉਂਦੇ ਆ ਪਹਿਲਾਂ ਕਹਿੰਦੇ ਆ ਜੀ ਅਸੀਂ ਫ੍ਰੀ ਕੈਂਪ ਲਗਾ ਰਹੇ ਹਾਂ ਮੋਸਟਲੀ ਇਹ ਹੁੰਦਾ ਵਾ ਜਿਹੜੇ ਆਪਰੇਟ ਨਿਕਲਦੇ ਉਹਨੂੰ ਕੋਈ ਕਿ ਹੋਸਪਿਟਲ 2000 ਮੰਗਦਾ ਕੋਈ 2500 ਕੋਈ 3000 ਉਹ ਜਿਹੜਾ ਲੋਕਾਂ ਦੇ ਵਿੱਚ ਮਜੂਸੀ ਹੁੰਦੀ ਆ ਉਹਦੇ ਕਾਰਨ ਵੀ ਜਿਹੜੇ ਆ ਉਹ ਮਰੀਜ਼ ਕੈਂਪਾਂ ਦੇ ਵਿੱਚ ਆਉਣੋ ਥੋੜ੍ਹਾ ਜਿਹਾ ਘੱਟ ਗਿਆ ਉਹਦੇ ਵਿੱਚ ਆ ਵੀ ਥੋੜ੍ਹਾ ਮਿਸਗਾਈਡ ਕਰਦੇ ਆ ਕੈਂਪ ਲਾਉਣ ਵਾਲੇ ਇਹ ਜਿਹੜੀ ਸੰਸਥਾ ਵਾ ਕੈਨੇਡਾ ਦੀ ਸੰਸਥਾ ਵਾ ਇਹ ਬਿਲਕੁਲ ਫ੍ਰੀ ਲੱਗਦਾ ਕੈਂਪ ਜਿਹੜੇ ਇੱਥੇ ਲੱਗਦੇ ਆ ਇਸ ਜਿਹੜਾ ਕੈਂਪ ਅੱਜ ਦਾ ਜਿਹੜਾ ਇੱਥੇ ਲੱਗਾ ਵਾ ਉਹਦੇ ਵਿੱਚ ਸਰਦਾਰ ਖਜਾਨ ਸਿੰਘ ਜੀ ਖਾਲਸਾ ਜੀ ਇਹ ਜਿਹੜੇ ਆ ਇਹ ਸਾਡੇ ਕੈਨੇਡੀਅਨ ਆਈਸਾਈਟ ਗਲੋਬਲ ਜਿਹੜੀ ਹੈਗੀ ਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਸਹਿਯੋਗ ਕਰਦੇ ਆ ਇਸ ਤੋਂ ਪਹਿਲਾਂ ਇਹਨਾਂ ਦੇ ਆਪਣੇ ਇਹਨਾਂ ਦਾ ਆਪਣਾ ਪਿੰਡ ਜਲਾਲਾਬਾਦ ਆ ਉੱਥੇ ਵੀ ਇਹਨਾਂ ਨੇ ਕੈਨੇਡੀਅਨ ਆਈਸਾਈਟ ਗਲੋਬਲ ਅਤੇ ਰੋਟੇਰੀਅਨ ਦੇ ਨਾਲ ਮਿਲ ਕੇ ਉੱਥੇ ਆਪਣੇ ਪਿੰਡ ਦੇ ਵਿੱਚ ਕੈਂਪ ਲਵਾਇਆ ਸੀ ਉੱਥੇ ਜਾ ਕੇ ਬੜੀ ਖੁਸ਼ੀ ਹੋਈ ਅਸੀਂ ਜਦੋਂ ਪਹੁੰਚੇ ਆ ਇਸ ਟਾਈਮ ਵੀ 9:30 ਵਜੇ 200-250 ਬੰਦਾ ਪਹਿਲਾਂ ਜਾਂਦਿਆਂ ਨੂੰ ਬੈਠਾ ਸੀ ਅਤੇ 700-800 ਬੰਦਿਆਂ ਦੀ ਟੀਮ ਦੇ ਨਾਲ ਇੱਥੇ ਸਾਰਾ ਕੈਂਪ ਲਾਉਂਦੇ ਨੇ ਉਸ ਤੋਂ ਬਾਅਦ ਖਡੂਰ ਸਾਹਿਬ ਇਹਨਾਂ ਨੇ ਇਸੇ ਤਰ੍ਹਾਂ ਹੀ ਕੈਂਪ ਲਵਾਇਆ ਇਹਨਾਂ ਨੂੰ ਜਿਹੜੀ ਆ ਇਹ ਹੁਣ ਲੇਬ ਲੱਗੀ ਆ ਉਹਨਾਂ ਨੇ ਹੁਣ ਇੱਥੇ ਜਿਹੜਾ ਵਾ ਇਹ ਕੈਂਪ ਲਵਾਇਆ ਵਾ ਉਸ ਤੋਂ ਇਲਾਵਾ ਅੱਜ ਬਾਬਾ ਜੀ ਵੀ ਇੱਥੇ ਸਾਡੇ ਕੋਲ ਆਏ ਆ ਇਹਨਾਂ ਬਾਬਾ ਜੀ ਦੇ ਵੀ ਜਿਹੜਾ ਬਹੁਤ ਮਹਾਂਪੁਰਖ ਹੈਗੇ ਆ ਉਹ ਤਾਂ ਤੁਹਾਨੂੰ ਮੇਰੇ ਨੂੰ ਵੱਧ ਇਲਾਕੇ ਵਾਲੇ ਜਾਣਦੇ ਆ ਇਹਨਾਂ ਦਾ ਵੀ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਬੜਾ ਸਹਿਯੋਗ ਹੁੰਦਾ ਵਾ ਅਤੇ ਉਸ ਸਹਿਯੋਗ ਦਾ ਸਦਕਾ ਹੀ ਅੱਜ ਜਿਹੜਾ ਵਾ ਉਹ ਸਾਡੇ ਕੈਂਪ ਨੂੰ ਆਸ਼ੀਰਵਾਦ ਦੇਣ ਵਾਸਤੇ ਇੱਥੇ ਪਾ ਰਹੇ ਆ ਉਸ ਤੋਂ ਇਲਾਵਾ ਇਹ ਡਾਕਟਰ ਅਮਰਜੀਤ ਸਿੰਘ ਆ ਜਿਹੜੇ ਕਿ ਸਾਡੇ ਖਾਸ ਕੈਂਪਾਂ ਦੇ ਵਿੱਚ ਆਉਂਦੇ ਆ ਅਤੇ ਇਹ ਸਾਡੇ ਉੱਥੇ ਚੈੱਕ ਕਰਦੇ ਆ ਬਹੁਤ ਸਿਆਣੇ ਡਾਕਟਰ ਆ ਜਲੰਧਰ ਦਾ ਹੋਸਪਿਟਲ ਆ ਅਤੇ ਉੱਥੇ ਜਿਹੜੇ ਆਪਰੇਸ਼ਨ ਤੁਹਾਡੇ ਜਲੰਧਰ ਹੋਣਗੇ ਉਸ ਤੋਂ ਇਲਾਵਾ ਸਰਦਾਰ ਸੁਰਜੀਤ ਸਿੰਘ ਅਤੇ ਉਹਨਾਂ ਦੀ ਟੀਮ ਜਿਹੜੇ ਹੈਗੇ ਆ ਰੋਟਰੀ ਕਲੱਬ ਵਾਲੇ ਹੈਗੇ ਆ ਇਹ ਵੀ ਜਿਹੜੇ ਰੋਟਰੀ ਕਲੱਬ ਆ ਇਹ ਵੀ ਅਤੇ ਜਲੰਧਰ ਵਾਲਿਆਂ ਹੈਗਾ ਜਲੰਧਰ ਵਾਲਿਆਂ ਦਾ ਵੀ ਨਾਲ ਅੱਜ ਕੈਂਪ ਸੀ ਉਹ ਪਤਾ ਨਹੀਂ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਸਾਨੂੰ ਉਹਨਾਂ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਇਹ ਇੱਥੇ ਆਏ ਆ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਵਾ ਇਹ ਅੱਗੇ ਵੀ ਸਹਿਯੋਗ ਦਿੰਦੇ ਆ ਇਹਨਾਂ ਦਾ ਇੱਥੇ ਆਉਣ 'ਤੇ ਇਹਨਾਂ ਦਾ ਵੀ ਇਹ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਇੱਥੇ ਜਿਹੜਾ ਟਾਈਮ ਕੱਢਿਆ
डॉक्टर साहब अपनी सारी टीम लैके आए हैं, असं उन्होंने इतने जी आए करते हैं कि इन्होंने धन्यवाद करते हैं। उस तो अलावा जोड़े सरदार अमरजीत सिंह जी जुब्बल जेडे कि उतो ऑर्गेनाइज चलाते हैं, वो उन्होंने 70-80 साल एज आ, तन मन धन के नाल हर तरह की जी सेवा करते हैं। इस संस्था के वो मुख्य प्रबंधक ये सरदार अमरजीत सिंह जी, ये उन्होंने छोटे भाई साहब आ, ये जिहड़ा पंजाब दे विच जां साडे जिहड़ा एरिया दे विच आ, ये संस्था दे जिहड़ी ऑल इंडिया लैवल ते हैगी आ, उहदे वाइस प्रेजिडेंट आ, इन्हों का बहुत सहयोग आ। जे कह दिए कि जे 100% अं काम करते हैं 95 ये करते हैं, 1-2% यही करते, बाकी सारा यह टाइम कटते। उस तो अलावा जिहड़े साढ़े सारे नाल इत्थे सेवा कैंप की कर रहे हैं, उन्हों का भी असं बहुत धन्यवाद करते हैं। इन्ह के यादविंदर सिंह हाँ, ये अपने खालसा जी फरीदाबाद एस ले सैट है, उतों फरीदाबाद तो भी इन्हे जे सहयोगी जोड़े है वह भी बहुत दूरों अपना बड़ा कीमती समा कट के इस कैंप के शामिल होए आ। असं उन्होंने भी इतने आए जी आए कहने अभ्यास रखते हैं कि इस तरह ही वो कैंप के सहयोग देंगे तो हौसला बढ़ाएंगे। सब तो वह जोड़ा वा वो धन्यवाद तो हैगा उन्होंने जोड़े मरीज इतने आए आ, तो साड़ी संस्था को सारे जोड़ा वा उन्होंने सेवा कर मौका दिता। ये संस्था के बारे थोड़ा जहा होर दसना चाहता वा, ये जी संस्था वा ये सारे इंडिया के वर्ल्ड के हैगी जी उत्ते बॉडी जी बनी हैगी इंटरनेशनल लैवल से, वो उत्ते अपने पंजाबी गोरे होर भी जोड़े देशों के है वो उत्थे उन्होंने मैंबर है, वो सारे ऑर्गेनाइज करते हैं। ये संस्था उतों ही पैसे सारे इकट्ठे करती है, वो पैसे जोड़े है इतने जोड़े भी अं हॉस्पिटल तो कराने इन बहुत मेहरबानी है भी घट तो घट खर्चा लैके साडा मरीजों का ये ऑपरेट करते हैं। उस योजे पेशेंट होंगे जेडे कि साढ़े कैंप के टारगेट के नहीं आते, उन्हों का भी जे कि कोई प्राइवेट ऑपरेशन होंगे वा वो जे सा डॉक्टर है वो 50% लैस कर देंगे साड़ी जी संस्था की पर्ची नाल हो। उस तो बाद जी संस्था वा ये हूँ इस वे पिछले 2 साल तो हर ऐतवार कैंप लगाती जानकारी लिए इस करके दे रहे हैं क्योंकि कुछ ताडे भैन भरा रिश्तेदार जिहड़े कि इतने नहीं पहुँचे जां जिहड़े होर किते रहिंदे आ उन्होंने तुसीं दस सको कि इत्थों फायदा उठा सको। उहदे विच अमृतसर तो तरन तारण आउंदा रस्ते दे चब्बा पिंड आउंदा वा, उत्थे अंग्रेजी महीने दे हर पहले ऐतवार सवेरे 9 बजे तो लाके 1 बजे तक उत्थे कैंप लगदा वा, जिहड़ा कि पहले ऐतवार हमेशा ही पिछले 2 साल तो लग रहा। उत्थे भी इस तरह ही फ्री चैकअप होगी, दारू दिता जाऊगा जिहदे विच कि ऑपरेशन किसी का मोती का होने वाला उसका बिल्कुल फ्री कोई पैसा चार्ज नहीं किया जाता। इस तो अलावा जिहड़ा अंग्रेजी महीने का 3 ऐतवार आता वा वो तरन तारण गुरद्वारा लकीर साहब फतेह चक दीप एवन्यू है वा, उत्थे हर महीने के 3 ऐतवार तरीक जी मर्जी हो कैंप लगता, तुम चब्बे भी आ सकते जी इतने गुरद्वारा लकीर साहब भी आ सकते जी। उस तो अलावा जोड़े 2 ऐतवार बजते हैं या 3, 2, 4 तो कई महीनों के 5वां ऐतवार हों वक् पिंड जाके कैंप लगाई दा, और तुम भी अपना कितने किसी ने कैंप लगाना हो अपना मोहपुर बंदा इन्हों जे सारे बैठे आ किसी ना भी तुम रबता कैम कर सकते जी, तो वो जी भी डेट इन्हों को होगी वो तुम जी डेट दी जाऊगी। उत्थे जो कैंप लगाना बिल्कुल कोई खर्चा नहीं होना, बस इस तरह सानू 1-2 टेबल तो 4-5 कुर्सियां चाहिए होंदियां, बाकी सारा कुछ जोड़ा बस संस्था के वालों ही होंगे। उस तो जोड़ा 2, 4, 5 वो भी जी है परमात्मा ने सानू 84 लाख जमीना छोटन तो बाद मनुखा दिन बख्शिश की है, जिद साई है जिन्हें कि अपने का प्रति याद करते हैं भाई प्राप्त मानस दरिया गोबिंद सुनवरिया अमर कार त्रिकना काम संसार संत साजी टेबल नाम सानू यह मौका मिले है मनुखा जन परमात्मा मिलन का, पर कि बदकिस्मती साड़िया जो अखा हैं परमात्मा संगतियां हैं वो कि देखने असमर्थ हो जाए
ਅਸੀਂ ਸੇਵਾ ਦੇ ਕੇ ਆਪਣੇ ਆਪ ਨੂੰ ਜੁੜੇ ਰਹਿੰਦੇ। ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਇਆ ਸਰਕਾਰ ਜੋਗੀ ਅਨੂਪ ਸਿੰਘ ਜੀ ਗਲੋਬਲ ਸੀਓ ਕੈਨੇਡੀਅਨ ਆਈਸੈਟ ਗਲੋਬਲ ਅਤੇ ਉਹਨਾਂ ਦੇ ਸਾਥੀ ਰੋਟਰੀ ਕਲੱਬ ਇੰਟਰਨੈਸ਼ਨਲ, ਉਹਨਾਂ ਵੱਲੋਂ ਸਾਡੇ ਸਰਕਾਰ ਜੋ ਬਾਪੂ ਖਾਲਸਾ ਸਿੰਘ ਨੂੰ ਜਿਹਨਾਂ ਨੂੰ ਇਹਨਾਂ ਰਾਬਤਾ ਕਾਇਮ ਹੋਇਆ, ਉਹਨਾਂ ਨੇ ਇਹ ਸੇਵਾ ਸਤਿਗੁਰ ਦੀ ਕਿਰਪਾ ਦੁਆਰਾ ਕਾਨਪੁਰ ਦੀ ਕਰਾਈ ਹੈ, ਜਿਹਦੇ ਵਿੱਚ ਕਿ ਅਸੀਂ ਖੁਸ਼ ਖੁਸ਼ ਸਮਝਦੇ ਆਪਣੇ ਆਪ ਨੂੰ ਕਿ ਸਾਨੂੰ ਆਪਣੇ ਕਾਰ ਫਿਰ ਕਰਦਿਆਂ ਹੋਇਆਂ ਦੁਨੀਆਦਾਰੀ ਪਾਲਦਿਆਂ ਹੋਇਆਂ ਇਹ ਸੇਵਾ ਦਾ ਮੌਕਾ ਮਿਲਦਾ ਹੈ। ਲਾਹੇ ਬਗਾਹੇ ਆਪ ਜੀ ਦੇ ਨਾਲ ਜੁੜਦੇ ਹਾਂ। ਸਤਿਗੁਰ ਅਕਾਲ ਪੁਰਖ ਨੇ ਜੋ ਸਾਡੀ ਡਿਊਟੀ ਲਗਾਈ ਹੈ ਉਹਨੂੰ ਨਿਭਾਉਣ ਦਾ ਇੱਕ ਨਵਾਂ ਅੰਤਰ ਆਪਾਂ ਸਾਡਾ ਜੋ ਕਰਦੇ ਹਾਂ। ਜਿੱਥੇ ਉਹ ਜੀਰੋ ਬੈਠੇ ਵੀਰ ਉਹਨਾਂ ਨੂੰ ਧੰਨਵਾਦ ਹੈ, ਉੱਥੇ ਇੱਥੇ ਸੇਵਾ ਕਰਦੇ ਹਾਂ ਜਿਹਦੇ ਵਿੱਚ ਉੱਥੇ ਗੁਲਾਬ ਹਨ ਸਾਡੇ ਡਾਕਟਰ ਸਾਹਿਬ ਜੋ ਕਿ ਬੜੇ ਗੁਲਾਬੇ ਸਵਾਲੇ ਹਨ, ਸਰ ਅਮਨਦੀਪ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਸਟਾਫ, ਉਹਨਾਂ ਦਾ ਵੀ ਧੰਨਵਾਦ। ਬਾਪੂ ਜਾਨ ਸਿੰਘ ਜੀ ਫਰੀਦਾਬਾਦ ਕੇਂਦਰੀ ਸਿੰਘ ਸਾਹਿਬ ਪੰਚਾਇਤ, ਜਿਹੜਾ ਕਿ ਮਨੋਰਥ ਹੀ ਨਿਸ਼ਕਾਮ ਸੇਵਾ ਕਰਨ ਦਾ ਸਤਿਗੁਰ ਨੇ ਇਹ ਲਾਹਾ ਲੈ ਸਕਦਾ। ਇਹਨਾਂ ਸ਼ਬਦਾਂ ਨਾਲ ਕਿ ਮੈਂ ਅੱਜ ਜਾਗਦ ਹਾਂ ਪੰਡਾ ਗੁਰਜੀ ਮੁਖਮਾ ਬਲਾਵ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਨੇ ਪੁੱਛਿਆ ਕਿਸ ਤਰ੍ਹਾਂ ਦੀ ਸੇਵਾ ਸਫਲ ਹੁੰਦੀ ਹੈ, ਉਹਨਾਂ ਨੇ ਤਿੰਨ ਚੀਜ਼ਾਂ ਮੰਗਵਾਈਆਂ, ਇੱਕ ਪੱਥਰ ਮੰਗਵਾਇਆ, ਇੱਕ ਮਿੱਟੀ ਦਾ ਗਲਾ ਮੰਗਵਾਇਆ ਅਤੇ ਕੁਝ ਪਤਾਸੇ ਮੰਗਵਾਏ। ਹੁਣ ਤਾਂ ਭਾਂਡੇ ਪਾਣੀ ਦੇ ਲਿਆਓ, ਗਲਾ ਮਿੱਟੀ ਪੱਥਰ ਦਾ ਕੁਝ ਵਾਰਤਾ ਪਾਣੀ 'ਚ ਪਾਤਾ, ਮਿੱਟੀ ਦਾ ਵੀ ਕੁਝ ਪਾਣੀ 'ਚ ਪਾਤਾ, ਪਤਾਸੇ ਵੀ ਪਾਤਾ। ਕਹਿੰਦੇ ਦੇਖੋ ਕੁਛ ਵਿਅਕਤੀ ਸੇਵਾ ਕਰਦੇ ਆ, ਮੈਂ ਇਹਦੇ ਵਿੱਚ ਹਾਂ, ਉਹਨਾਂ ਦਾ ਸਾਡੇ ਦਾ ਪੱਥਰ ਭੇਜਦੇ ਉਹਨੂੰ। ਅੱਜ ਇਹ ਨਿਸ਼ਕਾਮ ਸੇਵਾ ਕਰਦੇ ਆ, ਉਹ ਮਿੱਟੀ ਦੇ ਗਲੇ ਵਰਗੇ ਆ, ਮਿੱਟੀ ਭੁੱਲ ਤਾਂ ਗਈ ਪਰ ਆਪਣੇ ਮੈਂ ਵਿੱਚ ਰੱਖ ਕੇ ਥੋੜ੍ਹੀ ਥੋੜ੍ਹੀ ਪ੍ਰਗਟ ਹੋ ਗਈ। ਸਾਡੇ ਪਤਾਸਿਆਂ ਨੂੰ ਸੇਵਾ ਕਰਦੇ ਆ, ਫਿਰ ਭੁੱਲ ਮਿਲ ਗਏ ਇਸ ਨੂੰ ਆਪਾਂ ਆਪਣਾ ਗੁਆ ਹੋਏ ਵਿਚਾਰਾਂ ਨੂੰ ਸੋ ਗਿਆ। ਅਸੀਂ ਸਾਰੇ ਅਸੀਂ ਸਾਰੇ ਇੱਥੇ ਬੈਠਾ ਹੋਏ ਜਿਸ ਭਾਵਨਾ ਨੂੰ ਲੈ ਕੇ ਜਿਸ ਸੋਚ ਨੂੰ ਲੈ ਕੇ ਚੱਲ ਰਹੇ ਹੈ, ਮੈਨੂੰ ਤਾਂ ਇਹ ਲੱਗਿਆ ਕੋਈ ਪਤਾਸਿਆਂ ਵਾਲੀ ਸੇਵਾ ਹੀ ਤਰਜੁਦੀ ਵੱਲੋਂ ਲੈ ਰਹੇ ਹੈ। ਇਹ ਖੁਸ਼ੀ ਹੋਈ ਹੈ, ਬਹੁਤ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ। ਸਤਿਗੁਰੂ ਉਹਨਾਂ ਨੂੰ ਹੋਰ ਬਲ ਬਖਸ਼ਣ, ਸਮਰਥ ਬਖਸ਼ਣ, ਹੋਰ ਦਾਸਾਂ ਭਾਵੇਂ ਛੋਟੇ ਅਤੇ ਗੁਰੂ ਦੀ ਮਹਾਨ ਸੇਵਾ ਅਤੇ ਸੁਗਤ ਦੀ ਸੇਵਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਗਏ ਗਏ ਵੈਸ਼ਵ ਪਾਈਏ ਦੀ ਭਾਵਨਾ ਨੂੰ ਉਹਦੀ ਪੂਰਤੀ ਹੋਵੇ। ਸਤਿਗੁਰੂ ਇਹਨਾਂ ਨੂੰ ਹੋਰ ਮਿਹਨਤ ਕਰਕੇ ਇਹ ਕਾਰਜ ਜਿਹੜੇ ਚੜ੍ਹਦੀ ਗਲਾ 'ਚ ਕਰਾਉਣ, ਮੇਰੀ ਇਹੀ ਸ਼ੁਭ ਕਾਮਨਾਵਾਂ ਇਹਨਾਂ ਸਾਰਿਆਂ ਸੇਵਾ ਕਰਨ ਵਾਲਿਆਂ ਵਾਸਤੇ ਹੈ। ਇਹ ਆਪਣੀਆਂ ਅੱਖਾਂ ਦਾਨ ਕੀਤੀਆਂ ਜਾਣ ਔਰ ਇਹਦੇ ਨਾਲ ਬਹੁਤ ਕਹਿ ਲਓ ਲੋਕਾਂ ਨੂੰ ਫਾਇਦਾ ਹੁੰਦਾ ਹੈ, ਬਣਨ ਤੋਂ ਬਾਅਦ ਵੀ ਤੁਹਾਨੂੰ ਅਸੀਸਾਂ ਮਿਲਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਪਣੇ ਵੱਲੋਂ ਖਾਸ ਕਰਕੇ ਸਰ ਰੂਪ ਸਿੰਘ ਨਿਰਮਲ ਜਿਹੜੇ